ਕੈਪਟਨ ਸਰਕਾਰ ਲਗਾਤਾਰ ਵਾਅਦੇ ਪੂਰੇ ਕਰਨ ਦੇ ਦਾਅਵੇ ਠੋਕਦੀ ਰਹੀ ਹੈ, ਪਰ ਅੱਜ ਕੱਲ੍ਹ ਹਰ ਵਰਗ ਸਰਕਾਰ ਦੀਆਂ ਅਣਦੇਖੀਆਂ ਦਾ ਨਤੀਜਾ ਭੁਗਤ ਰਿਹਾ। ਬਲਾਕ ਸਮਿਤੀ ਯੂਨੀਅਨ ਸਰਹਿੰਦ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਹੜਤਾਲ ਕਰਨ ਵੇਲੇ ਮੁਲਾਜ਼ਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 30 ਅਪ੍ਰੈਲ 2018 ਨੂੰ ਸਾਡੀਆਂ ਮੰਗਾਂ ਸੰਬੰਧੀ ਸਹਿਮਤੀ ਪੱਤਰ ਦਿੱਤਾ ਸੀ, ਪਰ 3 ਮਹੀਨੇ ਲੰਘ ਜਾਣ ਮਗਰੋਂ ਵੀ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ, ਜਿਸ ਕਾਰਨ ਉਹਨਾਂ ਨੂੰ ਅਜਿਹੀ ਹੜਤਾਲ ਕਰਨੀ ਪਈ ਹੈ।